ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਸਾਡੀ ਦੁਆ ਕਿ ਸਾਡੇ ਭੈਣ ਭਰਾਵਾਂ ਨੂੰ ਅੱਲਾਹ ਤਾਲਾ ਖੁਸ਼ ਰੱਖੇ ਸਾਡੇ ਆਬਾਦ ਰੱਖੇ। ਇਸ ਦੁਆ ਨਾਲ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼, ਜਿਹੜੇ ਭੈਣ ਭਰਾਵਾਂ ਨੇ ਸਾਡਾ ਚੈਨਲ ਅਸੀਂ ਵੀ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਅਸੀਂ ਵੀ ਸਬਸਕ੍ਰਾਈਬ ਕਰੋ ਅਤੇ ਬੈੱਲ ਦਾ ਬਟਨ ਲਾਜ਼ਮੀ ਪ੍ਰੈਸ ਕਰੋ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚਦੀ ਰਹੇ। ਕਰਦੇ ਜੀ ਅੱਜ ਦੀ ਵੀਡੀਓ ਸ਼ੁਰੂ। ਕੰਮ 'ਤੇ ਚੱਲੇ ਸੀਗੇ ਅਤੇ ਹਰਮਰਾਣੀ ਆ ਗਈ ਆ ਖੋਲੇ, ਕਹਿੰਦੀ ਪਾਪਾ ਮੈਨੂੰ ਝੂਟਾ ਦੇ ਕੇ ਜਾਓ ਪਹਿਲੇ। ਕਿਉਂ ਹਰਾ ਝੂਟਾ ਲੈਣਾ ਸੀਗਾ? ਹੈਂ ਝੂਟਾ ਲੈਣਾ ਹੈ? ਹੁਣ ਹੁਣ ਬੋਲਣ ਲੱਗੀ ਹੈ, ਚਾਹੇ ਥੋੜ੍ਹੇ ਦਿਨ ਹੋ ਗਏ ਆ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਮੇਰੀ ਬੇਟੀ, ਉਹਨੂੰ ਬਹੁਤ ਸੋਹਣੀਆਂ ਲੱਗਦੀ ਹੈ ਨਾ। ਹੈਰਾਨੀ ਚਲੀਏ ਸਹੀ ਆ ਸਹੀ ਆ ਜਾਵਾਂ ਕੰਮ 'ਤੇ? ਹੁਣ ਕੰਮ 'ਤੇ ਜਾਵਾਂ ਹੁਣ? ਚਲੋ ਠੀਕ ਹੈ, ਮੈਂ ਚੱਲਾਂ ਕੰਮ 'ਤੇ। ਸੁਬਾਹ ਤਕਰੀਬਨ 7:30 ਹੋ ਗਿਆ ਜੀ, ਸੂਰਜ ਵੀ ਅੱਜ ਟਾਈਮ ਨਾਲ ਹੀ ਮਾਸ਼ਾਅੱਲਾ ਨਿਕਲਿਆ, ਧੁੰਦ ਖਤਮ ਹੋ ਗਈ ਹੈ ਸਾਰੀ। ਹੁਣ ਚੱਲਦੇ ਹਾਂ ਕੰਮ 'ਤੇ। ਕਿੱਥੇ ਹਾਈ ਹੋਈ ਆ? ਇੱਥੇ ਹਾਈ ਹੋਈ ਆ, ਇੱਥੇ ਤੂੰ ਸਿਰ ਮਾਰਿਆ ਹਾਈ ਹੋਈ ਇੱਥੇ ਚੂਤੂ ਆ ਹੈ ਨਾ। ਚਾਚੂ ਲੈ ਕੇ ਆਇਆ ਸੀ ਕੁੱਕੜ ਕੁੱਕੋ ਆ ਕੁੱਕੋ ਆ ਇਹਦੇ ਵਿੱਚ ਨਾ। ਮੈਂ ਕੰਮ 'ਤੇ ਗਿਆ, ਲੇਟ ਹੋ ਗਿਆ ਜੀ, ਕੰਮ ਤੋਂ ਕਾਫੀ ਜ਼ਿਆਦਾ ਲੇਟ ਆਏ ਹਾਂ ਕਿ ਥੋੜ੍ਹਾ ਜਿਹਾ ਕੰਮ ਰਹਿੰਦਾ ਸੀਗਾ। ਮੈਂ ਕਿਹਾ ਚਲੋ ਅੱਜ ਕੰਪਲੀਟ ਕਰ ਜਾਈਏ ਅਤੇ ਅੱਜ ਦੇਖ ਸਕਦੇ ਹੱਥਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ, ਸਾਹਮਣੇ ਦੇਖ ਸਕਦੇ ਜ਼ਖਮ ਹੋਏ ਹੱਥਾਂ ਦੇ ਉੱਤੇ ਅੱਜ, ਅਤੇ ਟਾਈਮ ਵੀ ਅੱਜ ਹੋ ਗਿਆ ਜੀ 10 ਵੱਜ ਗਏ ਆ, 10 ਵਜੇ ਘਰ ਪਹੁੰਚੇ ਹਾਂ ਅਤੇ ਬੱਚੇ ਸਕੂਨ ਨਾਲ ਸੋ ਰਹੇ ਆ। ਹਰਮ ਦੇਖ ਲਓ ਸੋ ਰਹੀ, ਮੈਰ ਬੇਟਾ ਵੀ ਸੋ ਰਿਹਾ ਅਤੇ ਬੇਗਮ ਸਾਹਿਬ ਵੀ ਸੁੱਤੀ ਪਈ ਹੈ। ਬੱਚੇ ਸਕੂਨ ਨਾਲ ਸੋ ਰਹੇ ਆ, ਮੈਨੂੰ ਨਹੀਂ ਪਤਾ ਵਿਚਾਰੇ ਰੋ ਰੋ ਕੇ ਸੌਂ ਗਏ ਹੋਣੇ ਆ, ਸਾਡਾ ਪਾਪਾ ਨਹੀਂ ਆਇਆ ਹੈਗਾ। ਅਸੀਂ ਨਾਲ ਕੱਟ ਲੱਗੇ ਚਾਦਰ, ਮੈਂ ਕਿਹਾ ਨਿਕਲ ਜਾਵਾਂਗੇ ਬਾਜ਼ਾਰ ਅਤੇ ਚਾਦਰ ਨਾਲ ਕੱਟ ਲੈਣੇ ਅਤੇ ਫਿਰ ਨਾਲ ਲੈ ਜਾਵਾਂਗੇ ਬਾਜ਼ਾਰ ਅਤੇ ਆਪਣਾ ਆਪ ਹੀ ਹੈ ਨਾ ਕਿ ਮੈਂ ਬਣਾਈ ਆ ਅਤੇ ਮੈਂ ਕਿਹਾ ਚਾਦਰ ਕੱਟ ਲੈਂਦੇ ਹਾਂ ਅਤੇ ਫਿਰ ਸਿਲਾਈ ਕਰਾਉਣੀ, ਮੈਂ ਕਿਹਾ ਪਿੱਕੋ ਕਰਾ ਦੇ, ਪਿੱਕੋ ਹੋ ਜਾਂਦੀ ਆ ਸਿਲਾਈ ਦੇ ਬਹੁਤ ਘੱਟ ਲੱਗ ਜਾਂਦੀ ਬੇਬੀ ਪਿੱਕੋ ਹੋਈ ਤਾਂ ਬੇਟਾ ਪਰੇ ਹੋ ਇੰਨੀ ਮੈਂ ਕਹਿੰਦੀ ਬਹੁਤ ਆ ਥੋੜੀ ਜਿਹੀ ਰੱਖ ਲਾ ਸਿਲਾਈ ਵਾਸਤੇ। ਚੁੜਾਈ ਵੀ ਸਹੀ ਆ ਜਾਣੀ ਤਾਂ ਬਾਈ ਇਸ ਤਰ੍ਹਾਂ ਆ ਜਾਣੀ, ਚੁੜਾਈ ਕੇ ਬਰਾਬਰ ਹੀ ਆ ਛੋਟੀ ਆ ਚਤਰਾ, ਫਾਲਤੂ ਕੱਪੜਾ ਤੁਰਾਉ ਕਰਨਾ, ਕਿੰਨਾ ਫਾਲਤੂ ਕੱਪੜਾ ਤੂੰ ਰੱਖਣਾ ਇਸ ਤਰ੍ਹਾਂ ਬਣ ਜਾ ਫਾਲਤੂ ਰੱਖਣੀ ਜ਼ਿਆਦਾ ਛੋਟੀ ਉੱਧਰ ਜ਼ਿਆਦਾ ਹੈ ਨਾ
ਹਾਂ ਜੀ
ਮੰਜੇ ਦੀ ਚਾਦਰ ਵੀ ਖੁੱਲੀਆਂ ਖੁੱਲੀਆਂ ਬਣ ਜਾਂਦੀਆਂ ਹਾਂ ਤਾਂ ਕੱਪੜਾ ਜ਼ਿਆਦਾ ਹੈ ਨਾ ਨਹੀਂ ਪੂਰਾ ਪੂਰਾ ਹੀ ਆ ਜਾਂਦਾ ਪੂਰਾ ਪੂਰਾ ਹੀ ਆ ਸਹੀ ਪੂਰੀਆਂ ਬਣਾਉਣ ਸ਼ਾਰਟ ਦੇਖ ਲਈ ਹਾਂਜੀ ਸ਼ਾਰਟ ਦੇਖ ਲਈ ਧੰਨਵਾਦ।